ਜਿਸ ਹਾਲਾਤ ਯੂਪੀ ਵੱਲ ਰਿਹਾ, ਜਿਸ ਹਾਲਾਤ ਨਾਲ ਬਿਹਾਰ ਕਦਮ ਲੱਗ ਗਿਆ, ਮੈਂ ਹੁਣ ਯੂਪੀ ਜਾ ਕੇ ਆਇਆ, ਬਿਹਾਰ ਜਾ ਕੇ ਆਇਆ, ਹੁਣ ਜਿਹੜੀ ਕਣਕ ਤੇ ਝੋਨਾ ਇੱਥੇ ਬੀਜਦੇ ਸੀ ਉਹ ਆਪ ਲੱਗਣ ਲੱਗ ਗਿਆ, ਤੁਹਾਡੇ ਕੋਲ ਕਿਹੜਾ ਉਮਰ ਇੱਥੇ ਬੀਜ ਕਰਵਾਉਣ ਵਾਸਤੇ। ਮੈਨੂੰ ਲੱਗਦਾ ਜਿਵੇਂ ਉਹ ਤਰੱਕੀ ਕਰ ਰਹੇ ਹੈ ਕਿਉਂਕਿ ਆਪਣੇ ਜਿਹੜੇ ਹੁਕਮਰਾਨ ਹੈ ਜਿਹੜੇ ਆਪਾਂ ਚੁਣੇ ਹੈ ਆਪਣੇ ਵਰਕਰਾਂ ਨੂੰ। ਆਪਣੀ ਪਾਰਟੀ ਆਪਣੀ ਮਾਂ ਹੈ ਸ਼੍ਰੋਮਣੀ ਅਕਾਲੀ ਦਲ, ਆ ਮੇਰੀ ਜਾਇਦਾਦ ਨਹੀਂ ਹੈ, ਬੋਲਦੇ ਕੌਣ ਹੈ? ਢੀਂਡਸਾ ਸਾਹਿਬ ਦਾ ਪਿਆਰ ਆਜੂ ਦੂਜਿਆਂ ਦੇ ਆਜੂ, ਉਹ ਤਾਂ ਆਪਣੀ ਪਾਰਟੀ ਚ ਨਹੀਂ ਹੈ। ਉਹਨਾਂ ਦਾ ਮਤਲਬ ਹੈ ਕਿ ਅਕਾਲੀ ਦਲ ਅਸੀਂ ਤਾਂ ਮਰ ਗਏ ਹਾਂ ਤਾਂ ਦੂਜਿਆਂ ਨੂੰ ਮਾਰ ਦਿਓ ਸਰ। ਸ਼੍ਰੋਮਣੀ ਅਕਾਲੀ ਦਲ ਆਪਣੀ ਕੌਮ ਦੀ ਪੰਜਾਬ ਦੀ ਅਸਲੀ ਵਾਰਿਸ ਹੈ, ਆਪਣੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ। ਬਾਕੀ ਸਾਰੀਆਂ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਭਾਵੇਂ ਆਪ ਹੈ ਇੱਥੇ ਆਉਂਦੇ ਹੈ ਲੁੱਟਣ ਤੇ ਆਉਂਦੇ ਨੇ। ਨੈਸ਼ਨਲ ਪਾਰਟੀਆਂ ਅੱਜ ਤੁਸੀਂ ਦੇਖੋ 750 ਕਰੋੜ ਰੁਪਇਆ ਆਮ ਆਦਮੀ ਪਾਰਟੀ ਨੇ ਇਸ਼ਤਿਹਾਰਾਂ ਵਾਸਤੇ ਰੱਖਿਆ, ਮਤਲਬ ਕੀ ਹੈ ਦੂਜੇ ਸੂਬਿਆਂ 'ਚ ਇਲੈਕਸ਼ਨ ਤੇ ਪ੍ਰਚਾਰ ਪੰਜਾਬ ਦੇ ਪੈਸੇ ਨਾਲ ਕਰ ਰਹੇ ਹੈ, ਉਹਨਾਂ ਦੇ ਅਖਬਾਰਾਂ ਜਾ ਕੇ ਭਰਦੇ ਆ, ਰਿਪੋਰਟ ਕਰਦੇ ਆ। ਜੇ ਹਵਾਈ ਜਹਾਜ਼ ਕੇਜਰੀਵਾਲ ਜਿੱਥੇ ਵੀ ਜਾਂਦਾ ਉਹ ਹਵਾਈ ਜਹਾਜ਼ ਪੰਜਾਬ ਸਰਕਾਰ ਦਾ ਪੈਸੇ ਨਾਲ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਖਜ਼ਾਨਾ ਮਿਲ ਗਿਆ। ਅੱਜ ਵੱਟ ਕੇ ਆਪਾਂ ਪੂਰੇ ਪੰਜਾਬ 'ਚ ਆਪਾਂ ਨੂੰ ਸੋਚਣਾ ਦੀ ਲੋੜ ਹੈ। ਜੇ ਅੱਖਾਂ ਮੀਚੀ ਲਵਾਂਗੇ ਹੋਊਗਾ ਕਿ ਉਹੀ ਹੋਊਗਾ ਜਿਵੇਂ ਮੁਗਲ ਆਉਂਦੇ ਸੀ ਲੁੱਟ ਕੇ ਲੈ ਜਾਂਦੇ ਸੀ ਆਪਾਂ, ਅਤੇ ਆਪਾਂ ਫੋਕੀ ਡੋਰ 'ਚ ਰਹਿ ਕੇ ਉਦੋਂ ਹੀ ਪਤਾ ਲੱਗੂਗਾ ਜਦੋਂ ਇੱਥੇ ਕਿਸ ਪੁੱਛੀ ਜਿਹੜੀ ਆਪਣੇ ਆਪਣੇ ਹੀ ਹੈ।